ਚਲੋ ਵੀ ਮੇਰੇ ਸਕੂਲ ਵਾਲੇ ਵੀਰੋ, ਸਕੂਲ ਵਾਲੀ ਯੂਨੀਫਾਰਮ 'ਚ ਤੁਸੀਂ ਕਿੱਦਾਂ ਘੈਂਟ ਲੱਗ ਸਕਦੇ ਜੇ? ਆ ਜਾਓ ਫਿਰ। ਆਪਣੀ ਸਕੂਲ ਯੂਨੀਫਾਰਮ ਹਮੇਸ਼ਾ ਸਾਫ਼ ਸੁਥਰੀ ਰੱਖੋ, ਕਲੀਨ ਰੱਖੋ, ਹਮੇਸ਼ਾ ਪ੍ਰੈਸ ਕਰਕੇ ਹੀ ਵੇਅਰਅਪ ਕਰੋ। ਐਂਡ ਤੁਸੀਂ ਆਪਣੇ ਸ਼ੂਜ਼ ਹਮੇਸ਼ਾ ਹੀ ਪੋਲਿਸ਼ ਕਰਕੇ ਹੀ ਵੇਅਰਅਪ ਕਰਨੇ ਆ। ਸਕੂਲ ਵੀ ਧਿਆਨ ਰੱਖਣਾ ਕਿ ਤੁਹਾਡੇ ਸ਼ੂਜ਼ ਗੰਦੇ ਨਾ ਹੋ ਜਾਣ। ਵੈਸੇ ਵੀ ਜੇ ਖੋਤਿਆਂ ਵਾਂਗੂ ਕਲਾਸ 'ਚੋਂ ਬਾਹਰ ਫਿਰਦੇ ਰਹੋਗੇ ਤਾਂ ਹੋਣਾ ਹੀ ਆ ਖਰਾਬ। ਜੇ ਤੁਹਾਡੇ ਸਕੂਲ ਅਲਾਊਡ ਆ, ਤੁਸੀਂ ਆਪਣੇ ਸਲੀਵਸ ਫੋਲਡ ਕਰ ਸਕਦੇ ਜੇ। ਇਸ ਨਾਲ ਤੁਹਾਡੀ ਓਵਰਆਲ ਲੁੱਕ ਪੂਰੀ ਗੱਲਬਾਤ ਲੱਗੂਗੀ। ਤੁਸੀਂ ਆਪਣੇ ਫੋਰ ਆਰਮਸ ਸ਼ੋ ਕਰ ਸਕਦੇ ਜੇ ਐਂਡ ਦੂਜਿਆਂ ਨਾਲੋਂ ਘੈਂਟ ਲੱਗ ਸਕਦੇ ਜੇ। ਸਭ ਤੋਂ ਵੱਡੀ ਬਿਮਾਰੀ ਮੁੰਡਿਆਂ ਨੂੰ, ਭਰਾ ਆਪਣੀ ਸ਼ਰਟ ਹਮੇਸ਼ਾ ਟੱਕ ਇਨ ਕਰਕੇ ਵੇਅਰਅਪ ਕਰੋ। ਇਹ ਜਿਹੜੀ ਸਕੂਲ ਯੂਨੀਫਾਰਮ ਹੁੰਦੀ ਹੈ ਫਾਰਮਲ ਹੁੰਦੀ ਆ, ਇਹ ਹਮੇਸ਼ਾ ਸ਼ਰਟ ਅੰਦਰ ਕਰਕੇ ਹੀ ਵੇਅਰਅਪ ਕਰਨੀ ਹੁੰਦੀ ਆ। ਜੇ ਸ਼ਰਟ ਤੁਸੀਂ ਟੱਕ ਇਨ ਕਰਕੇ ਵੇਅਰ ਕਰੋਗੇ ਤੁਹਾਡੀ ਹਾਈਟ ਜ਼ਿਆਦਾ ਲੱਗੂਗੀ, ਤੁਸੀਂ ਲੰਬੇ ਲੱਗੋਗੇ। ਇੱਕ ਸਿੰਪਲ ਜੀ ਬਲੈਕ ਵਾਚ ਹਮੇਸ਼ਾ ਨਾਲ ਕੈਰੀ ਕਰਨੀ ਆ। ਕਰੋ ਸ਼ੇਅਰ ਆਪਣੇ ਸਕੂਲ ਬੈਸਟ ਫਰੈਂਡ ਨੂੰ। ਇਵੇਂ ਦੀਆਂ ਘੈਂਟ ਸਟਾਈਲ ਟਿਪਸ ਲਈ ਸਬਸਕ੍ਰਾਈਬ ਕਰ ਦਿਓ ਭਰਾ ਦਾ ਚੈਨਲ।